ਪਾਤਸ਼ਾਹ ਗੀਰੀ ਗਿਰੀ ਦੇ ਮਾਲਕ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਜਦੋਂ ਇਹ ਗੁਰਤਾ ਤੇ ਸੁਭਾਏਵਾਨ ਹੋਏ ਨੇ, ਦੋ ਤਲਵਾਰਾਂ ਪਹਿਨੀਆਂ, ਇੱਕ ਵੀਰੀ ਦੀ ਇੱਕ ਪੀਰੀ, ਸਤਿਗੁਰ ਪਾਤਸ਼ਾਹ ਜੀ ਨੇ ਧਾਰਮ ਤੇ ਰਾਜਨੀਤੀ ਦਾ ਸਿਧਾਂਤ ਇਕੱਠਾ ਕੀਤਾ ਹੈ ਤੇ ਸਤਿਗੁਰ ਪਾਤਸ਼ਾਹ ਜੀ ਦੀ ਜਿਹੜੀ ਕਿਰਪਾ ਹੋਈ, ਵੀਰੀ ਦੀ ਪੀਰੀ ਦਾ ਸੰਕਲਪ ਇਕੱਠਾ ਹੋਇਆ ਤੇ ਜਿਹੜੇ ਮੁਗਲ ਸਿੱਖਾਂ ਸੀ ਇਹਨੇ ਬਾਜ ਛੱਡਿਆ ਤੇ ਸਿੱਖਾਂ ਦੇ ਗੁਰੂ ਪਾਤਸ਼ਾਹ ਦੇ ਬਾਜ ਵਿੱਚ ਬਾਜ ਨੂੰ ਹਰਾ ਦਿੱਤਾ। ਫਿਰ ਜਿਹੜੇ ਇਹ ਮੁਗਲ ਸਿਪਾਹੀ ਸਾਰੇ ਬਾਜ ਲੈਣ ਵਾਸਤੇ ਆਏ ਨੇ, ਉਹ ਇੱਕ ਸਾਲ ਦਾ ਦਿਨ ਸੀ। ਸਤਿਗੁਰੂ ਪਾਤਸ਼ਾਹ ਨੇ ਬਾਜ ਨੇ ਇਨਕਾਰ ਕਰ ਦਿੱਤਾ, ਕਹਿਣ ਲੱਗੇ ਭਾਈ ਇਹਨੂੰ ਲੜਾਈ ਵਿੱਚ ਹਰਾਇਆ, ਇਸ ਕਰਕੇ ਅਧਿਕਾਰ ਬਣਦਾ ਹੈ ਕਿ ਬਾਜ ਅੱਜ ਨੂੰ ਸਾਡਾ। ਤੇ ਗੱਲ ਤੇ ਬਾਜ ਦੀ ਨਹੀਂ ਸੀ, ਗੱਲ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਇੱਕ ਜਿਹੜੀ ਖਾਲਸੇ ਦੇ ਸਿੱਖਾਂ ਦੇ ਅੰਦਰ ਆਪਣੇ ਰਾਜ ਦੀ ਜਿਹੜੀ ਅਪਮੰਗ ਸੀ ਉਹ ਪੈਦਾ ਕਰਨੀ ਸੀ। ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਭਾਈ ਕਹਿੰਦਾ ਮੈਂ ਹੈਰਾਨ ਹੋ ਗਿਆ ਵੀ ਬੱਚੇ ਦੇ ਅੰਦਰ ਵੀ ਸਿਆਣਪ ਹੋ ਸਕਦੀ ਹੈ।
ਕਹਿਣ ਦਾ ਭਾਵ ਸਿਆਣਪ ਦਾ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਕਿ ਕਿਸੇ ਦੇ ਕਿਸੇ ਵੀ ਉਮਰ ਵਿੱਚ ਉਸ ਪਰਮੇਸ਼ਰ ਦੀ ਕਿਰਪਾ ਹੋ ਸਕਦੀ ਹੈ।